बिस्मिल्लाहिर्रहमानिर्रहीम। शुरू करता हूँ अल्लाह के पाक नाम से जो बड़ा मेहरबान और निहायत रहम वाला है। अस्सलामुअलैकुम रहमतुल्लाहि वबरकातुहु। अल्लाहुम्मा सल्ली अला मुहम्मद वअला आले मुहम्मद। दोस्तों, आप सब दुरूद पाक की बरकत से शादाबाद रहें, कामयाब हों। अल्लाह ताला आपको ढेरों कामयाबियाँ अता फरमाए, आमीन सुम्मा आमीन। दोस्तों, आज का व्लॉग स्टार्ट कर रहा हूँ, दोपहर के तकरीबन 3 बज रहे हैं और सारा दिन टाइम नहीं मिला, गया हुआ था कहीं काम, तो इसलिए इस वक्त व्लॉग तैयार कर रहा हूँ। है तो छोटा सा, तो इसमें एक भाई की सिफारिश करनी है आप दोस्तों भाइयों से, तो साजिद मुंडा पीके व्लॉग, बहुत अच्छे आदमी हैं, इनके सब्सक्राइबर कम। ਤੁਹਾਨੂੰ ਅੱਜ ਜੀ ਸਾਡੇ ਨਾਲ ਇੱਥੇ ਦੇਖੋ ਮਿਸਤਰੀ ਮਜ਼ਦੂਰ ਗਰਮੀ ਦੇ ਵਿੱਚ ਲੱਗੇ ਹੋਏ ਆ ਤੇ ਇਹ ਕੰਮ ਕਰ ਰਹੇ ਨੇ ਜੀ। ਤੇ ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਤੇ ਸਾਡਾ ਇੱਕ ਬਹੁਤ ਹੀ ਪਿਆਰਾ ਦੋਸਤ ਹੈਗਾ ਜੀ ਸਾਜਿਦ ਮੁੰਡਾ ਪੀਕੇ, ਇਹਨਾਂ ਦੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਇਹਨਾਂ ਦੇ ਸਬਸਕ੍ਰਾਈਬ 1K ਹੋਣ ਦੇ ਵਿੱਚ ਜਨਾਬ 150 ਘੱਟਦੇ ਪਏ ਨੇ, ਤੇ ਇਹਨਾਂ ਨੂੰ ਜਲਦੀ ਜਲਦੀ ਜਨਾਬ 150 ਸਬਸਕ੍ਰਾਈਬਰ ਦੇ, ਬਹੁਤ ਬਹੁਤ ਮਿਹਰਬਾਨੀ ਹੈ ਜੀ। ਤੇ ਜਿੰਨੇ ਵੀ ਮੇਰੇ ਵਿਊਜ਼ ਨੇ ਸਬਸਕ੍ਰਾਈਬਰ ਨੇ, ਮੈਂ ਇਹਨਾਂ ਦੇ ਅੱਗੇ ਗੁਜ਼ਾਰਿਸ਼ ਕਰਦਾ ਕਿ ਸਾਜਿਦ ਮੁੰਡਾ ਪੀਕੇ ਨੂੰ ਜਨਾਬ ਥੋੜ੍ਹਾ ਜਿਹਾ ਤੁਸੀਂ ਸਪੋਰਟ ਕਰ ਦਿਓ, ਤੁਹਾਡੀ ਬੜੀ ਮਿਹਰਬਾਨੀ ਹੈ। ਬਹੁਤ ਅੱਛੇ ਭਾਈ ਨੇ, ਸਾਰਿਆਂ ਨੂੰ ਜਨਾਬ ਗਿਫਟ ਬੈਗ ਦੇਣਗੇ ਅੱਲਾਹ ਦੇ ਹੁਕਮ ਨਾਲ। ਤੇ ਤੁਹਾਨੂੰ ਮੈਂ ਦਿਖਾ ਰਹੇ ਹਾਂ ਮਜ਼ਦੂਰ ਵਿਚਾਰੇ ਜਿਹੜੇ ਲੱਗੇ ਹੋਏ ਕੰਮ ਕਰਨ, ਇਹਨਾਂ ਦੇ ਕੋਈ ਹਾਲ ਹਵਾਲ। ਅੱਜ ਦੀ ਵੀਡੀਓ ਸਿਰਫ ਇਹਨਾਂ ਦੇ ਬਾਰੇ ਹੀ ਹੈਗੀ ਹੈ ਜੀ, ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਹਿੰਗਾਈ ਵੀ ਔਰ ਇਹਨਾਂ ਦੀ ਦਿਹਾੜੀ ਵੀ ਔਰ ਪੈਟਰੋਲ ਬਿਜਲੀ ਵੀ, ਸਾਰਾ ਕੁਝ ਸ਼ੇਅਰ ਕਰਾਂਗੇ ਤੁਹਾਡਾ। ਬੱਕਰੇ ਖਰੀਦਣੇ ਤੇ ਕਿਸੇ ਦੋਸਤ ਨੇ, ਉਹਨਾਂ ਦੇ ਬੱਕਰੇ ਦਿਖਾਊਂਗਾ ਆਪਕੋ, ਉਸਨੇ ਕੋਈ ਫਾਰਮਿੰਗ ਕੀ ਹੋਈ ਹੈ ਪਲਾਟ ਮੇਂ, ਉਹ ਵੀ ਆਪਕੋ ਦਿਖਾਊਂਗਾ। ਤੋ ਚਲਤੇ ਹੈਂ ਆਪਣੇ ਵਲੌਗ ਕੀ ਤਰਫ, ਤੋ ਹਮ ਮੇਰੇ ਚੈਨਲ ਕੋ ਵੀ ਸਬਸਕ੍ਰਾਈਬ ਕਰੇਂ, ਲਾਈਕ ਕਰੇਂ ਔਰ ਸ਼ੇਅਰ ਕਰੇਂ। ਅਸਲਾਮ ਅਲੈਕੁਮ ਰਸ਼ੀਦ ਭਾਈ, ਕੀ ਹਾਲ ਆ? ਠੀਕ, ਅੱਲਾ ਦਾ ਕਰਾਂ। ਹਾਂ ਜੀ, ਰਸ਼ੀਦ ਭਾਈ ਕੋਲ ਆਏ ਆ ਜੀ ਬੱਕਰੇ ਵੇਖਣ ਵਾਸਤੇ। ਠੀਕ ਹੋ? ਤੇ ਆਹ ਹੈਗੇ ਜੀ ਬੱਕਰੇ, ਤੁਹਾਨੂੰ ਵਿਖਾਉਂਦੇ ਹਾਂ। ਬੱਕਰੇ ਹੈਗੇ ਜੀ, ਮਾਸ਼ਾਅੱਲਾ ਸੋਹਣੇ ਬੱਕਰੇ ਆ, ਤਿੰਨ ਬੱਕਰੇ ਆ, ਬਹੁਤ ਪਿਆਰੇ ਪਿਆਰੇ ਆ ਜੀ। ਹਰ ਚੀਜ਼ ਲਈ ਰਸ਼ੀਦ ਭਾਈ ਨੇ ਜੀ ਬਣਾਇਆ ਜੀ ਫਾਰਮ। ਕਰੋ ਕਰੋ ਸੌਦਾ ਕਰੋ, ਕੋਈ ਟੈਨਸ਼ਨ ਨਹੀਂ। ਇਹ ਭਾਈ ਆਏ ਜੀ ਬੱਕਰੇ ਲੈਣ ਵਾਸਤੇ। ਆਹ ਵੱਲ ਕਿਉਂ ਸੁੱਕ ਗਈ ਤੇਰੀ? ਆਹ ਭਿੰਡੀਆਂ ਜੀ, ਵੇਲ ਤੋਰੀ, ਅੱਛਾ ਰਸ਼ੀਦ ਭਾਈ ਕੀ ਰੇਟ ਕੀ ਇਹਨਾਂ ਦਾ? ਲਾਲਾ ਜੀ ਜੋੜੀ ਦਾ 90,000। ਜੋੜੀ ਦਾ 90,000? ਕਿਹੜੀ ਦਾ? ਜਿਹੜੀ ਮਰਜ਼ੀ ਕੋਈ ਚੁੱਕ ਲਓ, ਜਿਹੜੀ ਮਰਜ਼ੀ ਜੋੜੀ ਬਣਾ ਲਵੇ ਕੋਈ। ਆਹ ਦੇਖੋ ਜੀ ਮਾਸ਼ਾਅੱਲਾ ਬੱਕਰੇ ਸੋਹਣੇ ਆ, 90,000 ਰੁਪਏ ਦੀ ਜੋੜੀ ਆ ਜੀ ਕਹਿੰਦੇ ਭਾਈ। ਕਿਸੇ ਦਾ ਦਿਲ ਕਰਦਾ ਅੰਡਰ ਚੁੱਕਣ ਦਾ, ਕਿਸੇ ਦਾ ਖੱਸੀ ਚੁੱਕਣ ਦਾ ਕਰਦਾ। ਆਹ ਜੀ ਹੈਗੀ ਨਿਆਜ਼ ਬਹੁ, ਮਾਸ਼ਾਅੱਲਾ ਬਹੁਤ ਪਿਆਰੀ ਖੁਸ਼ਬੂ ਇਹਦੀ। ਇਹ ਜੀ ਪੁਦੀਨਾ। ਹਾਂ ਵੀਰੀ ਕੀ ਹਾਲ ਆ? ਵੇਖੋ ਜੀ ਵੇਖੋ ਕਿੰਨੀ ਗਰਮੀ, ਧੁੱਪ, ਸ਼ਦੀਦ ਧੁੱਪ ਦੇ ਵਿੱਚ ਜਨਾਬ ਲੱਗੇ ਹੋਏ ਨੇ ਬੰਦੇ ਮਜ਼ਦੂਰ ਕੰਮ ਕਰਨ। ਕੀ ਹਾਲ ਆ? ਕਿੰਨੀ ਦਿਹਾੜੀ ਦਿੰਦੇ ਤੈਨੂੰ? ਹੈਂ, ਕਿੰਨੀ ਦਿਹਾੜੀ ਦਿੰਦੇ ਆ? 600 ਰੁਪਇਆ ਦਿਹਾੜੀ ਆ ਜੀ ਗਰੀਬ ਮਜ਼ਦੂਰ ਦੀ। ਤੇ ਦੇਖੋ 600 ਰੁਪਏ ਕਿਲੋ ਘਿਓ ਹੋ ਗਿਆ ਵਾ। ਇਹ ਜੀ ਇੱਕ ਦੋਸਤ ਨੇ ਇਹਨਾਂ ਦੀ ਦੁਕਾਨ ਬਣ ਰਹੇ ਨੇ, ਤੇ ਚੱਲ ਰਿਹਾ ਜੀ ਸਿਸਟਮ ਸੋਲਰ ਪਲੇਟ ਤੇ ਪਾਣੀ ਦਾ, ਤੁਹਾਨੂੰ ਦਿਖਾ ਰਹੇ ਆ। ਤੇ ਦੇਖੋ ਕਿੰਨੀ ਗਰਮੀ ਹੈ ਤੇ ਮਜ਼ਦੂਰ ਵਿਚਾਰੇ ਗਰਮੀ ਦੇ ਵਿੱਚ ਲੱਗੇ ਹੋਏ ਆ ਪੇਟ ਦੀ ਖਾਤਰ, ਤੇ ਸਾਡੀ ਗਵਰਨਮੈਂਟ ਦਿਨ ਬ ਦਿਨ ਮਹਿੰਗਾਈ ਤੇ ਮਹਿੰਗਾਈ ਕੀਤੀ ਜਾਂਦੀ ਆ। ਹਾਂਜੀ ਹਾਂਜੀ, ਆਹ ਵੇਖੋ ਜੀ ਪਸੀਨਾ। ਗੁੱਲੂ ਮੀਆਂ ਸੁਣਾਓ, ਇਹ ਅੱਜ ਸਾਡੇ ਗੁੱਲੂ ਸਾਹਿਬ ਨੇ ਜੀ। ਹਾਂਜੀ ਦੱਸੋ ਜੀ ਕੀ ਹਾਲ ਚਾਲ ਨੇ ਜੀ? ਸ਼ੁਕਰ ਅਲਹਮਦੁਲਿਲਾ। ਇਹ ਵੇਖੋ ਜੀ ਸਾਡੇ ਮਜ਼ਦੂਰ ਭਾਈ ਮਿਸਤਰੀ
ਬਣਾ ਰਹੇ ਨੇ ਅੱਜ ਦਾ ਵਲੌਗ ਕਰਦੇ ਹਾਂ ਅਸੀਂ ਤੇ ਕਹਿੰਦੇ ਆ ਜੀ ਘੁੰਮਾ ਸਾਰੀ ਜੰਨਤ ਚਲੀ ਜਾਵੇ ਕਿੱਥੇ ਚਲੀ ਜਾਵੇ ਜੰਨਤ 'ਚ ਚਲੀ ਜਾਵੇ ਆਹਾ ਅੱਛਾ ਤੇ ਜਿਹੜੀ ਆ ਗਵਰਨਮੈਂਟ ਨੇ ਆ ਸਰਕਾਰੀ ਮੁਲਾਜ਼ਮਾਂ ਨੂੰ ਤੇਲ ਤੇ ਬਿਜਲੀ ਫ੍ਰੀ ਦਿੱਤੀ ਹੋਈ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਅਸੀਂ ਤੇ ਕਹਿੰਦੇ ਉਹ ਵੀ ਉਹਨਾਂ ਕੋਲੋਂ ਖੋ ਲਵੇ ਅੱਛਾ ਜਾਂ ਸਾਡੇ ਪੱਖੇ ਬੰਦ ਕਰਕੇ ਆਪ ਲੈ ਜਾਣ ਅੱਛਾ ਨਾ ਗਰੀਬ ਹੋਏਗਾ ਨਾ ਪੱਖਾ ਚੱਲੇਗਾ ਅੱਛਾ ਇਹ ਦੇਖੋ ਜੀ ਭਾਈ ਹੁਣੀ ਕਹਿੰਦੇ ਨੇ ਜੀ ਸਾਡੇ ਗਰੀਬਾਂ ਕੋਲੋਂ ਜਿਹੜੀ ਦਿੱਤੀ ਉਹ ਵੀ ਖੋ ਲੈਣ ਬਿਜਲੀ ਨਹੀਂ ਹੈਗੀ ਅਤੇ ਇਹ ਜੀ ਹੁਣ ਸੋਲਰ ਦੇ ਉੱਤੇ ਚਲਾ ਰਹੇ ਨੇ ਸਾਰਾ ਸਿਸਟਮ ਕਿੰਨੀ ਦਿਹਾੜੀ ਦੇ ਰਹੇ ਨੇ ਤੁਹਾਨੂੰ 600 ਰੁਪਏ ਦਿਹਾੜੀ ਦੇ ਰਹੇ ਨੇ ਜੀ ਮਜ਼ਦੂਰ ਆਦਮੀ ਨੂੰ ਤਾਂ ਦੇਖੋ 600 ਰੁਪਏ ਕਿਲੋ ਘਿਓ ਹੋ ਗਿਆ 100 ਰੁਪਏ ਕਿਲੋ ਚੀਨੀ ਆ 212 ਰੁਪਏ ਲੀਟਰ ਪੈਟਰੋਲ ਆ ਅਤੇ ਗਰੀਬ ਆਦਮੀ ਕੀ ਕਰੇ ਵਿਚਾਰਾ ਅਤੇ ਤੁਹਾਨੂੰ ਸਾਰੇ ਭਰਾਵਾਂ ਨੂੰ ਜਨਾਬ ਦਰਖਾਸਤ ਕਰਦੇ ਹਾਂ ਕਿ ਸਾਡੀ ਇਸ ਵੀਡੀਓ ਨੂੰ ਅੱਗੇ ਚੁੱਕੋ ਵੀ ਜਿਹੜੇ ਆ ਸਰਕਾਰੀ ਮੁਲਾਜ਼ਮਾਂ ਨੂੰ ਵਕੀਲਾਂ ਨੂੰ ਅਤੇ ਉਰਲੇ ਪਰਲੇ ਜਿਹਨਾਂ ਨੂੰ ਇਹਨਾਂ ਨੂੰ ਪੈਟਰੋਲ ਅਤੇ ਗੈਸ ਅਤੇ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ ਬੰਦ ਕਰਨ ਤਾਂ ਕਿ ਸਾਡੀ ਗਰੀਬ ਆਵਾਮ ਜਿਹੜੀ ਹੈ ਉਹ ਕੋਈ ਸੁੱਖ ਦਾ ਸਾਹ ਲੈ ਸਕੇ ਕੋਈ ਗਰੀਬ ਨੂੰ ਬਿੱਲ ਘੱਟ ਆਉਣ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਜੀ ਜਨਾਬ ਕੀ ਹਾਲ ਹੈ ਜੀ ਅਸਗਰ ਭਾਈ ਕੀ ਹਾਲ ਹੈ ਠੀਕ ਹੋ ਤਬੀਅਤਾਂ ਸਿਹਤਾਂ ਬਿਲਕੁਲ ਠੀਕ ਯਾਰ ਇੱਕ ਬੋਤਲ ਤਾਂ ਪਲਾ ਛੋਟੀ ਮੋਟੀ ਕੋਈ ਠੰਡੀ ਹੋਵੇ ਕਿਹੜੀ ਹੋਵੇ ਕੋਕ ਹੋਰ ਸੁਣਾਓ ਤਬੀਅਤ ਸਿਹਤ ਠੀਕ ਹੈ ਅਸੀਂ ਜੀ ਗਰਮੀ ਨੂੰ ਮਾਰਨ ਵਾਸਤੇ ਲੱਗੇ ਹਾਂ ਜੀ ਅੱਜ ਬੋਤਲ ਪੀਣ ਅਤੇ ਬਿਜਲੀ ਨੱਸ ਗਈ ਹੈ ਜੀ ਵੇਖੋ ਅਸੀਂ ਕੀ ਬੋਤਲ ਦਾ ਨਾਂ ਕੀ ਲਿਆ ਅਤੇ ਬਿਜਲੀ ਵੀ ਚਲੇ ਗਈ ਹੈ ਨਾ ਜੀ ਇਹਦੇ ਨਾਲ ਯਾਰੀ ਕੋਈ ਨਹੀਂ ਆਪਣੀ ਯਾਰੀ ਸਿਰਫ ਕੋਕ ਨਾਲ ਹੈ ਸੁਣਿਆ ਬਸ ਇਹ ਨਾ ਪੁੱਛ ਹਾਲ ਇਹ ਜੀ ਅੱਜ ਕਾ ਹਮਾਰਾ ਵਲੌਗ ਉਮੀਦ ਕਰਤਾ ਹੂੰ ਆਪਕੋ ਪਸੰਦ ਆਇਆ ਹੋਗਾ ਅਗਰ ਪਸੰਦ ਆਇਆ ਤੋ ਭਾਈ ਮੇਰੇ ਚੈਨਲ ਕੋ ਲਾਈਕ ਕਰੇ ਸ਼ੇਅਰ ਕਰੇ ਔਰ ਸਬਸਕ੍ਰਾਈਬ ਕਰੇ ਆਪਕਾ ਬਹੁਤ ਬਹੁਤ ਸ਼ੁਕਰੀਆ ਇਨਸ਼ਾਅੱਲਾ ਨੈਕਸਟ ਵੀਡੀਓ ਮੈਂ ਮਿਲੇਂਗੇ ਉਤਨੀ ਦੇਰ ਕੇ ਲੀਏ ਇਜਾਜ਼ਤ ਚਾਹਤੇ ਹੈ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਪਾਇੰਦਾਬਾਦ ਅੱਲਾ ਹਾਫਿਜ਼।